ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਜੈਮਜੀ ਵਲੌਗਸ ਵਿੱਚ ਵੈਲਕਮ ਹੈ। ਅੱਜ ਅਸੀਂ ਬਣਾਉਂਗੇ ਮੂਲੀ ਦੇ ਪਰੌਂਠੇ। ਅਤੇ ਪਹਿਲਾ ਸਟੈਪ ਹੈਗਾ ਅਸੀਂ ਆਪਣੀ ਮੂਲੀ ਨੂੰ ਵਾਸ਼ ਕਰਨਾ ਹੈ ਅਤੇ ਇਹਨੂੰ ਪੀਲ ਕਰਨਾ ਹੈ। ਮੈਂ ਕਰਕੇ ਮਿਲਦੀ ਹਾਂ। ਸੋ ਮੈਂ ਇਹਨੂੰ ਪੀਲ ਕਰਤਾ ਆ ਅਤੇ ਹੁਣ ਇਹਨੂੰ ਮੈਂ ਇੱਕ ਹੋਰ ਵਾਰੀ ਵਾਸ਼ ਕਰਕੇ ਤਾਂ ਫਿਰ ਇਹਨੂੰ ਮੈਂ ਗ੍ਰੇਟ ਕਰਨਾ ਆ। ਚਲੋ ਮੈਂ ਕਰਕੇ ਮਿਲਦੀ ਹਾਂ। ਸੋ ਗਾਇਸ ਮੈਂ ਉਹਨੂੰ ਗ੍ਰੇਟ ਕਰ ਲਿਆ ਆ ਅਤੇ ਮੇਰੇ ਪਾਪਾ ਟੇਕ ਓਵਰ ਕਰੋਗੇ ਕਿਉਂਕਿ ਮੈਨੂੰ ਪਰੌਂਠੇ ਦਾ ਐਕਸਪੀਰੀਅੰਸ ਨਹੀਂ ਹੈਗਾ। ਅਤੇ ਹੁਣ ਇਹਨਾਂ ਨੇ ਪਾਣੀ ਨਿਚੋੜਨਾ ਆ ਅਤੇ ਦੇਖੋ ਇਹ 'ਚ ਬਹੁਤ ਪਾਣੀ ਹੁੰਦਾ ਆ ਅਤੇ ਪਾਣੀ ਨਿਚੋੜ ਕੇ ਫਿਰ ਮੈਂ ਤੁਹਾਨੂੰ ਨੈਕਸਟ ਸਟੈਪ ਦੱਸਦੀ ਹਾਂ। ਸੋ ਗਾਇਸ ਆਹ ਦੇਖੋ ਕਿੰਨਾ ਪਾਣੀ ਨਿਕਲਿਆ ਵਿੱਚੋਂ ਦੀ। ਹੁਣ ਇਹੀ ਇਸ ਨਾਲ ਕਰ ਦਿਓ ਤਾਂ ਜਿਹੜੇ ਸਾਡੇ ਪਰੌਂਠੇ ਇਹਨਾਂ ਗਿੱਲੇ ਗਿੱਲੇ ਬਣਨੇ ਸੀਗੇ ਤਾਂ ਵਧੀਆ ਨਹੀਂ ਬਣਨੇ ਸੀਗੇ। ਅਤੇ ਆਹ ਸਾਡਾ ਸੁੱਕ ਗਏ, ਜਿਹੜਾ ਸੁੱਕੀ ਮੂਲੀ ਹੈ ਅਤੇ ਸਾਡਾ ਪਾਣੀ ਹੈ ਅਤੇ ਤੁਹਾਨੂੰ ਮੈਂ ਨੈਕਸਟ ਸਟੈਪ ਦੱਸਦੀ ਹਾਂ। ਸੋ ਗਾਇਸ ਹੁਣ ਅਸੀਂ ਇਹਦੇ ਵਿੱਚ ਮਸਾਲੇ ਪਾਉਣੇ ਆ। ਅਸੀਂ ਥੋੜ੍ਹੀ ਜਿਹੀ ਕਸੂਰੀ ਮੇਥੀ ਪਾਉਣੀ ਆ, ਥੋੜ੍ਹੀ ਜਿਹੀ ਕਾਲੀ ਮਿਰਚ, ਥੋੜ੍ਹਾ ਜਿਹਾ ਗਰਮ ਮਸਾਲਾ, ਥੋੜ੍ਹਾ ਜਿਹਾ ਲੂਣ, ਥੋੜ੍ਹੀ ਜਿਹੀ ਲਾਲ ਮਿਰਚ ਅਤੇ ਪਾ ਕੇ ਮੈਂ ਤੁਹਾਨੂੰ ਮਿਲਦੀ ਹਾਂ। ਹੁਣ ਅਸੀਂ ਇਹਦੇ ਵਿੱਚ ਥੋੜ੍ਹਾ ਜਿਹਾ ਚਾਟ ਮਸਾਲਾ ਪਾ ਦੇਣਾ ਆ ਅਤੇ ਇਹਨੂੰ ਮਿਕਸ ਕਰ ਲੈਂਦੇ ਹਾਂ। ਸੋ ਗਾਇਸ ਚਲੋ ਆਪਣੇ ਪਰੌਂਠੇ ਬਣਾਉਂਦੇ ਹਾਂ। ਅਸੀਂ ਦੋ ਛੋਟੇ ਛੋਟੇ ਪੇੜੇ ਲੈ ਲਏ ਆ ਅਤੇ ਇਹਨਾਂ ਦੀ ਅਸੀਂ ਸ਼ੇਪ ਬਣਾ ਕੇ ਅਤੇ ਇਹਨਾਂ ਨੂੰ ਅਸੀਂ ਵੇਲ ਦੇਣਾ ਆ। ਅਤੇ ਫਿਰ ਜਦੋਂ ਅਸੀਂ ਵੇਲ ਲਏ ਅਸੀਂ ਇਹਦੇ ਵਿੱਚ ਫਿਲਿੰਗ ਪਾਉਣੀ ਹੈ, ਉਹਨੂੰ ਇੱਦਾਂ ਪ੍ਰੈਸ ਕਰਨਾ ਇਕੱਠਿਆਂ ਨੂੰ ਤਾਂ ਕਿ ਲੀਕ ਨਾ ਹੋਵੇ ਕੁਛ ਵੀ। ਤਾਂ ਫਿਰ ਅਸੀਂ ਉਹਨਾਂ ਨੂੰ ਵੇਲ ਦੇਣਾ ਇੱਕ ਹੋਰ ਵਾਰੀ। ਅਤੇ ਆਖ ਹੁਣ ਪਾਪਾ ਬਣਾ ਰਹੇ ਆ ਅਤੇ ਸਾਡੇ ਕੋਲ ਰੋਟੀ ਇੰਨੀ ਗੋਲ ਨਹੀਂ ਬਣਦੀ ਦੋਨਾਂ ਕੋਲ, ਉਹ ਮੰਮੀ ਵੀ ਵਧੀਆ ਬਣਾਉਂਦੇ ਆ ਤਾਂ ਮੰਮੀ ਅੱਜ ਘਰ ਨਹੀਂ ਹੈਗੇ ਸੋ ਅਸੀਂ ਤੁਹਾਨੂੰ ਖਾਓਗੇ। ਅਤੇ ਹੁਣ ਅਸੀਂ ਇਹਨਾਂ ਨੂੰ ਵੇਲ ਲੈਣਾ ਚੰਗੀ ਤਰ੍ਹਾਂ ਅਤੇ ਫਿਰ ਮੈਂ ਤੁਹਾਨੂੰ ਦੱਸਦੀ ਕੀ ਕਰਨਾ। ਸੋ ਹੁਣ ਸਾਡੇ ਦੋ ਪੇੜੇ ਹੋ ਗਏ ਆ ਅਤੇ ਅਸੀਂ ਇਹ 'ਚ ਫਿਲਿੰਗ ਪਾ ਦੇਣੀ ਹੈ। ਜ਼ਿਆਦਾ ਨਹੀਂ ਪਾਣੀ ਤਾਂ ਕਿ ਲੀਕ ਨਾ ਹੋ ਜਾਵੇ, ਬਸ ਇਨਫ ਹੋਣੀ ਚਾਹੀਦੀ ਆ ਤਾਂ ਕਿ ਈਵਨਲੀ ਡਿਸਟ੍ਰੀਬਿਊਟ ਹੋ ਜਾਵੇ। ਅਤੇ ਹੁਣ ਇਹ ਹੋ ਗਿਆ, ਅਸੀਂ ਆਪਣਾ ਦੂਜਾ ਲੈਣਾ ਆ, ਆਪਣਾ ਦੂਜਾ ਰੋਟੀ ਅਤੇ ਇਹਨੂੰ ਉਹਦੇ ਉੱਪਰ ਪਾ ਦੇਣਾ ਹੈ ਜਿਸ ਫਾਇਦਾ। ਅਤੇ ਇਹਦੀ ਸਾਈਡ ਨੂੰ ਅਸੀਂ ਪ੍ਰੈਸ ਕਰ ਦੇਣਾ ਹੈ। ਹੁਣ ਅਸੀਂ ਥੋੜ੍ਹਾ ਜਿਹਾ ਆਟਾ ਲਗਾ ਕੇ ਤਾਂ ਕਿ ਚਿਪਕੇ ਨਾ, ਅਤੇ ਇਹਨੂੰ ਅਸੀਂ ਥੋੜ੍ਹਾ ਇੰਨਾ ਵੇਲਣਾ ਆ, ਜ਼ਿਆਦਾ ਨਹੀਂ ਕਿਉਂਕਿ ਜਿੰਨਾ ਜ਼ਿਆਦਾ ਵੇਲੂਗੇ ਉਨਾ ਇਹਨੇ ਫਟਣ ਲੱਗ ਪੈਣਾ ਆ। ਅਤੇ ਇਹਨੂੰ ਹੁਣ ਅਸੀਂ ਗੈਸ 'ਤੇ ਪਾ ਦਿੰਦੇ ਹਾਂ, ਪਾ ਦਿਆ। ਸੋ ਗਾਇਸ ਜਿਹੜਾ ਸਾਡਾ ਅਸੀਂ ਪਰੌਂਠਾ ਸੀ, ਪਰੌਂਠਾ ਅਸੀਂ ਵੇਲਿਆ ਸੀ, ਮੈਂ ਅਸੀਂ ਉਹਨੂੰ ਗੈਸ 'ਚ ਪਾ ਦਿੱਤਾ ਆ। ਅਤੇ ਹੁਣ ਇਹਨੂੰ ਅਸੀਂ ਕੁੱਕ ਕਰਦੇ ਹਾਂ ਅਤੇ ਇਹਨੂੰ ਈਵਨ ਕੁੱਕ ਹੋਣਾ ਚਾਹੀਦਾ, ਨਹੀਂ ਤਾਂ ਟੇਸਟ ਨਹੀਂ ਵਧੀਆ ਹੋਊਗਾ। ਅਤੇ ਫਿਰ ਮੈਂ ਤੁਹਾਨੂੰ ਕਰਕੇ ਮਿਲਦੀ ਹਾਂ। ਗਾਇਸ ਜਿਹੜਾ ਅਸੀਂ ਆਟਾ ਯੂਜ਼ ਕੀਤਾ ਕਨੇਡੀਅਨ ਆਟਾ ਹੈ ਨਾ, ਅਤੇ ਇਹਨਾਂ ਪਰੌਂਠੇ ਬਣਾਉਣੇ ਬਹੁਤ ਔਖੇ ਆ ਕਿਉਂਕਿ ਬਹੁਤ ਜਲਦੀ ਇੰਨਾ ਨਰਮ ਹੋ ਜਾਂਦਾ। ਇਸ ਕਰਕੇ ਮੇਰੇ ਪਾਪਾ ਦਾ ਮੇਰਾ ਪਹਿਲਾਂ ਉਹਨਾਂ ਦਾ ਪਹਿਲਾ ਪਰੌਂਠਾ ਫੇਲ ਹੋ ਗਿਆ ਸੀਗਾ, ਪਰ ਇਹ ਮੈਂ ਬਣਾਇਆ, ਮੇਰਾ ਪਹਿਲਾ ਪਰੌਂਠਾ ਹੈ ਮੇਰੀ ਲਾਈਫ ਦਾ। ਸੋ ਦੇਖ ਲਓ ਤੁਸੀਂ ਮੇਰਾ ਪਹਿਲਾ ਪਰੌਂਠਾ ਦੇਖ ਲਿਆ ਅਤੇ ਵਿੱਚੋਂ ਇੱਕ ਵੀ ਪੀਸ ਨਹੀਂ ਨਿਕਲਿਆ ਮੂਲੀ ਦਾ। ਅਤੇ ਮੈਂ ਜਦੋਂ ਪਾਇਆ ਸੀ ਕੈਸ ਮੈਂ ਛਾਲਾ ਬਣਾਉਣ ਲੱਗ ਪਈ, ਮੈਂ ਬਹੁਤ ਹੈਪੀ ਸੀ। ਬਟ ਯਾ ਇਹ ਮੇਰਾ ਆ। ਪਰ ਤੁਸੀਂ ਹੋਰ ਕੋਈ ਆਟਾ ਯੂਜ਼ ਕਰਿਓ, ਕਨੇਡੀਅਨ ਨਾ ਕਰੀ ਕਿਉਂਕਿ ਉਹਨਾਂ ਵਧੀਆ ਨਹੀਂ ਬਣਦੇ, ਬਿਲਕੁਲ ਇੰਨਾ ਸੋਫਟ ਪੈ ਜਾਂਦਾ। ਇਹਨੂੰ ਅਸੀਂ ਬਟਰ ਲੈਣਾ ਆ ਦੋਨਾਂ ਸਾਈਡਾਂ 'ਤੇ, ਇਹਨੂੰ ਅਸੀਂ ਬਰਾਊਨ ਕਰਨਾ ਆ। ਸੋ ਗਾਇਸ ਆਹ ਦੇਖੋ ਆਹ ਸਾਈਡ ਬਰਾਊਨ ਹੋ ਗਈ ਹੈ ਅਤੇ ਦੂਜੀ ਸਾਈਡ ਵੀ ਬਰਾਊਨ ਹੋ ਗਈ ਹੋਣੀ ਆ, ਨਾ ਕਿੰਨਾ ਵਧੀਆ ਬਣਿਆ। ਅਤੇ ਮੈਂ ਤੁਹਾਨੂੰ ਦੂਜਾ ਬਣਾ ਰਹੀ ਹਾਂ ਅਤੇ ਤੁਹਾਨੂੰ ਦੂਜਾ ਵੀ ਦਿਖਾ ਦਿੰਦੇ ਹਾਂ ਅਸੀਂ। ਅਤੇ ਇਹਨੂੰ ਇਹ ਕੁੱਕ ਹੋ ਗਿਆ, ਇਹਨੂੰ ਅਸੀਂ ਕੱਢ ਸਕਦੇ ਹਾਂ ਗੈਸ ਤੋਂ। ਸੋ ਗਾਇਸ ਆ ਗਿਆ ਮੇਰਾ ਦੂਜਾ ਪਰੌਂਠਾ। ਮੈਂ ਥੋੜ੍ਹਾ ਧੂੜਾ ਜ਼ਿਆਦਾ ਯੂਜ਼ ਕਰਦੀ ਹਾਂ ਕਿਉਂਕਿ ਨਹੀਂ ਤਾਂ ਮੇਰੇ ਕੋਲ ਬਣਦਾ ਨਹੀਂ, ਪਰ ਇਹ ਮੇਰਾ ਦੂਜਾ ਸੀਗਾ ਅਤੇ ਹੁਣ ਇਹਨੂੰ ਇਸ ਕੁੱਕ ਕਰ ਲੈਂਦੇ ਹਾਂ। ਉਹ ਵੱਜ ਗਿਆ ਫਾਇਰ ਅਲਾਰਮ, ਬਹੁਤ ਦਿਨਾਂ ਬਾਅਦ ਵੱਜਿਆ ਸਾਡਾ ਇਹ ਫਾਇਰ ਅਲਾਰਮ, ਨਹੀਂ ਸਮੋਕ ਅਲਾਰਮ ਹੈ। ਇਹਨੂੰ ਮੈਂ ਬੰਦ ਕਰ ਗਿਆ ਸੀ। ਸੋ ਗਾਇਸ ਹੁਣ ਮੈਂ ਥੋੜ੍ਹੀ ਜਿਹੀ ਲੱਸੀ ਬਣਾਉਣ ਲੱਗੀ ਹਾਂ, ਪਹਿਲਾਂ ਅਸੀਂ ਦਹੀਂ ਬਣੀ ਥੋੜ੍ਹੀ ਜਿਹੀ। ਸੋ ਗਾਇਸ ਦਹੀਂ ਮੈਂ ਪਾ ਲਈ ਆ ਅਤੇ ਹੁਣ ਪਾਣੀ ਪਾਉਣਾ ਦਿਓ ਬਸ। ਗਾਇਸ ਦਹੀਂ ਸਾਰੀ ਕੱਢ ਲੈਂਦੀ ਹਾਂ ਅਤੇ ਅਸੀਂ ਸਿੰਪਲ ਜਿਹੀ ਮਿੱਠੀ ਰਸ ਬਣਾਉਣੀ ਹੈ ਲੱਸੀ। ਲੱਸੀ ਦਾ ਪਾਣੀ ਬਹੁਤ ਹੈ ਅਤੇ ਥੋੜ੍ਹੀ ਜਿਹੀ ਸ਼ੂਗਰ ਪਾਉਂਦੇ ਹਾਂ। ਸ਼ੂਗਰ ਹੋ ਗਈ, ਇਸ ਢੱਕਣ ਲਾ ਕੇ ਇੱਥੋਂ ਦੀ ਹੁਣ ਅਸੀਂ ਬਲੈਂਡ ਕਰਦੇ ਹਾਂ। ਚਲੋ ਬਲੈਂਡ ਕਰਦੇ ਹਾਂ ਹੁਣ ਇਹਨੂੰ। ਅਸੀਂ ਇਹਨੂੰ 2 ਮਿੰਟ ਕੀਤਾ ਤਾਂ ਕਿ ਝੱਗ ਜੀ ਆ ਜਾਵੇ ਅਤੇ ਹੁਣ ਇਹਨੂੰ ਪਾ ਕੇ ਅਸੀਂ ਤੁਹਾਨੂੰ ਐਂਡ ਰਿਜ਼ਲਟ ਦਿਖਾਉਂਦੇ ਹਾਂ ਸਾਰੀ ਚੀਜ਼ਾਂ ਦਾ।
सो गाइस आ देखो साडा लंच रेडी हो गया। मैं पहली सॉरी मंग लैनी जो असी लस्सी बनाई सी उहदा एंगल इन्ना वधिया नहीं सीगा, पर असी अगली बारी तुहानू किसी होर दिन तुहानू चंगी तरह बना के दिखा दूंगे। तो आ साडे परौंठे, साडी लस्सी, साडी दही, तो बहुत टेस्टी रैसिपी है। ये थोड़ा ना प्रैक्टिस की लोड़ होंगी है, इन्नी ईजी नहीं है, पर बहुत ज़्यादा टेस्टी रैसिपी है। तुम जरूर ट्राई करियो, मैं जरूर रैकमेंड करूँगी। तो मैं तुम टेस्ट तुम अंदरों भी दिखा दें एक्चुअली। चल अखो खोल के हजे भी गर्म ने। Let's taste it. अज तो सवाल लगे भी मैं पहली बारी बनाए, पर मैं अभी वीडियो इतने एंड कर दी हूँ। तुम्हें पसंद आई हो जरूर साढ़े चैनल में लाइक शेयर सब्सक्राइब करियो। तो सू अगली वीडियो मिलोंगे। थैंक्स फॉर वॉचिंग, बाय।